ਤੇਰੇ ਨਾਲ ਦੇ 9 ਲੱਖ ਇਹ ਲਕੀਰ 6 ਕਿਲੋਮੀਟਰ ਇਹ ਕਵੀ ਸਿੱਧਾ ਲਕੀਰ ਟੱਪ ਜਾਏ ਮੈਨੂੰ ਕੋਈ ਜ਼ਮਾਨਤ ਤੇ ਉਹਨੇ ਕਿਹਾ ਇਹ ਆ ਮੇਰੀ ਮੁੰਦਰੀ ਇਹ ਜ਼ਮਾਨਤ ਦੇ ਤੌਰ ਤੇ ਤੇ ਜਾ ਇਹ ਹੁਣ ਆਂਜਾਂ ਦੇ ਕਰਕੇ ਠੁੱਟੇ ਹੈ ਅੱਗੇ ਅਕਬਰ ਹੈ ਮੈਂ ਫੈਨ ਵੀ ਪੜ੍ਹਨੀ ਤੈਨੂੰ ਹਕੀਕਤ ਸੁਣਾਉਣੀ ਕਿਰੀ ਹੋਇਆ ਜਦੋਂ ਨਜ਼ਦੀਕ ਆਇਆ ਮੌਲਾ ਗੱਲ ਸਮਝਾ ਰਿਹਾ ਹਾਏ ਹਾਏ ਫਿਕਰ ਲੱਗਾ ਇੱਕ ਬੋਲਣ ਇਹ ਟੋਰਿਆ ਬੀਬੀ ਹਾਜ਼ਰਾਂ ਨੇ ਵੀ ਪੁੱਤਰ ਸੀ ਹੌਸਲਾ ਦੇ ਹਾਜ਼ਰਾਂ ਤੇ ਲੈਲਾ ਉਹ ਖਾ ਕੇ ਗਏ ਸੀ ਤੇ ਕੋਸ਼ਿਸ਼ ਲੈ ਕੇ ਆਏ ਸੀ ਕਿ 3 ਦਿਨ ਦਾ ਪਿਆਸਾ ਹੈ ਅਕਬਰ ਦੀ ਮਾਂ ਨੂੰ ਕਦੀ ਉਸ ਚੌਕ ਵਿੱਚ ਚੱਲਿਆ ਕਦੀ ਉਸ ਚੌਕ ਵਿੱਚ ਚੱਲਿਆ ਰਸੂਲ ਦੀਆਂ ਨਵਾਸੀਆਂ ਇਹਨਾਂ ਅੱਖਾਂ ਨਾਲ ਵੇਖ ਕੇ ਆਇਆ ਮੈਂ ਕਾਕਾ ਮੇਰਾ ਦਿਲ ਨੀ ਕਰਦਾ ਤੈਨੂੰ ਮੈਂ ਮਾਰਾਂ ਫਰਮਾਇਆ ਮੇਰਾ ਦਿਲ ਕਰਦਾ ਮੇਰਾ ਦਿਲ ਕਰਦਾ ਤੂੰ ਮੁੜ ਜਾ ਇਹ ਮੇਰੇ ਦਾਦੇ ਦੀ ਤਲਵਾਰ ਹੈ ਇਹਦੇ ਤੋਂ ਕਦੀ ਮੌਕਾ ਨਹੀਂ ਗਿਆ ਨਹੀਂ ਕਿ ਮੈਂ ਨਹੀਂ ਚਾਹੁੰਦਾ ਤੂੰ ਦੋਜ਼ਖ ਹੀ ਸੜੇ ਉਹ ਚੱਲਿਆ ਜਿਹੜੇ ਦੁਸ਼ਮਣ ਦੇ ਵੀ ਤਰਸ ਖਾਣ ਇਹ ਨਹੀਂ ਕਰਦਾ ਉੱਠੀ ਜਵਾਨਾ ਲਸ਼ਕਰ ਕੇ ਬਣਾ ਇੱਥੇ ਵੀ ਆ ਗਿਆ ਸੀ ਹਜ਼ੂਰ ਚੁਬਲਾ ਜਾਂ ਅਲੀ ਦੀ ਤਲਵਾਰ ਕਾਟਾ ਲੰਘਦੀ ਸੀ ਨਾ ਤੇ ਆਵਾਜ਼ ਆਉਂਦੀ ਸੀ ਸੌਣ ਤੇ ਸਾਬਾ ਸਮੇਂ ਦੇ ਚੱਲਾ ਗਿਆ ਅਗਲਾ ਪਿਆ ਮੇਰੀ ਅੱਖਾਂ ਚ ਕਰ ਸੁਣ ਅਗਲਾ ਪਿਆ ਅਮਰ ਮਿਆਂ ਤੇ ਵੱਧ ਗਿਆ ਮਰਮ ਗਿਆ ਕਿਆ ਮੈਂ 6 ਮਹੀਨੇ ਪਰੇਸ਼ਾਨ ਰਿਹਾ ਸੁਣ ਕੇ ਫਿਰ ਮੈਂ ਹਿਸਾਬ ਕੀਤਾ ਸੀਨ ਦੇ ਅਗਰ 60 ਨੂਨ ਦੇ 50 60 ਦੇ 50 110 ਤੇ ਅਲੀ ਅਲੀ 110 ਅਲੀ ਅਲੀ ਕਹਿੰਦੀ ਜਾਂਦੀ ਸੀ ਗਾਪੇ ਲੱਗ ਜਾ ਸ਼ਹਾਦੇ ਨੇ ਖੁਦਾ ਦੀ ਕਿਸਮ ਪੜੇ ਸੌਖਾ ਹੈ ਇਹ ਹਜ਼ਾਰ ਬੰਦੇ ਦੇ ਮੁਕਾਬਲੇ ਸੀ
ਜਦੋਂ ਇਹ ਨਹੀਂ ਲੈਣਾ ਤੇ ਹੁਸੈਨ ਨੇ ਪੱਗ ਲਾ ਕੇ ਗੱਲ ਪਾ ਲਈ ਤੇ ਲੈਲਾ ਨੂੰ ਆ ਕੇ ਕਹਿੰਦੇ ਨੇ ਤੂੰ ਮੈਂ ਬੁੱਢੀ ਤੇ ਮਾਵਾਂ ਦੀ ਦੁਆ ਰੱਬ ਸੁਣ ਦਿੰਦਾ ਤੇ ਦੁਆ ਕਰ ਤੇਰੇ ਪੁੱਤਰ ਨੂੰ ਰੱਬ ਇਹਦੇ ਕੋਲੋਂ ਬਚਾਇਆ ਉਹ ਬਹੁਤ ਸਹੀ ਹੈ ਔਰ ਖੁਦਾ ਦੀ ਕਸਮ ਫੜੇ ਕਿ ਬੀਬੀ ਲੈਲਾ ਨੇ ਦੁਪੱਟਾ ਸਿਰ ਬੁਲਾਇਆ ਐਵੇਂ ਤੇ ਚਿੱਟੇ ਬਾਲ ਅੱਜ ਕਰਕੇ ਕੁਦਰਤ ਇੰਨਾ ਸਫੈਦ ਬਾਲਾਂ ਦਾ ਵਾਸਤੇ ਉਹ ਪਰਵਰਦਿਗਾਰ ਯਾਕੂਬ ਨੂੰ ਯੂਸਫ ਬਣਾਉਣ ਵਾਲਿਆ ਮੇਰਾ ਅਕਬਰ ਮੈਨੂੰ ਵਾਪਸ ਮਿਲਾਈ ਖੈਰ ਸਲਾਮਤੀ ਆਇਆ ਕਰੀ ਬਕਰ ਬਨ ਖਾਨ ਹੁਸੈਨ ਨੇ ਅੱਖਾਂ ਤੇ ਹੱਥ ਰੱਖ ਲਏ ਐਡਾ ਜ਼ਾਲਮ ਕਾਤਲ ਸੀ ਮੋਟਾ ਬੜਾ ਸੀ ਇੱਕ ਥਾਂ ਤੋਂ ਇਹਦੇ ਨੇ ਕੀਤਾ ਤੇ ਇਹਦੀ ਸਿਰਾ ਫਟ ਗਈ ਅਲੀ ਦੇ ਪੋਤਰੇ ਨੇ ਉੱਥੇ ਸੁਭਾਨ ਅੱਲਾਹ ਇਹ ਵੀ ਗਿਆ ਮਿਸਰਾ ਤੋਂ ਮਾਲਕ ਆਇਆ ਇਹ ਵੀ ਗਿਆ ਦੋਸਤੋ ਮੈਂ ਥੱਕ ਗਿਆ ਉਹ ਕੁੱਤੇ ਦਾ ਪੁੱਤਰ ਜਿਹਦਾ ਨਾਮ ਖੋਲ ਸਾਰੇ ਸਹੀ ਤੀਜੇ ਦਰਜੇ ਤੇ ਦੋ ਗਲੇ ਲੱਗੇ ਨੇ
ਉਹ ਤੈਨੂੰ ਕਹੇਗਾ ਭਾਈ ਪਿੱਛੋਂ ਲੱਗ ਕੇ ਆਏ ਨੇ, ਜੇ ਲਜਾਣੇ ਦੀ ਤੇ ਨਾਲ ਲੈ ਜਾ ਚੱਲਿਆ, ਉਹ ਕਿਸੇ ਪੇਟੀ ਚ ਲੱਗ ਜਾਏ, ਉਹ ਕਿਸੇ ਪੇਟੀ ਚ ਲੱਗ ਜਾਵੇ, ਸੁਲਤਾਨੀਆਂ ਦੀ ਪੇਟੀ ਚ ਲੱਗ ਜਾਏ। ਅੱਲਾ ਕਹੇਗਾ ਪਾਉ ਸੁਲਤਾਨ ਦੇ ਦੇ, ਮੇਰੇ ਮੁਸਤਫਾ ਦਾਦਾ ਦੇ ਦੇ, ਖਾਜਾ ਦੇ ਦੇ, ਕਮਰ ਸੁਲਤਾਨ ਦੇ ਦੇ। ਮੇਰਾ ਨਬੀ ਕਹੇਗਾ ਲੈ ਲੈ, ਪਰ ਮੈਂ ਇਹਨਾਂ ਦਾ ਕੀ ਕਰਾਂ ਜਿਹੜੇ ਨਾਲ ਲੱਗ ਗਏ, ਚੱਲਿਆ ਕਿਸੇ ਪੇਟੀ ਚ ਵੜ ਜਾਵੇ, ਤੇਰਾ ਮੁੱਲ ਪੈ ਜਾਏਗਾ, ਗਲਿਆ ਹੋਇਆ ਅੰਬਾ ਕਿਸੇ ਪੇਟੀ ਚ ਵੜ ਜਾ। ਸੁਲਤਾਨੀਆਂ ਦੀ ਪੇਟੀ ਵਾਜਾ ਮਾਰਦੀ ਆ, ਇਹ ਕੋਈ ਸਮਾਨ ਦਾ ਲੱਗਿਆ ਸੁਲਤਾਨ ਦੀ ਨਸਲ ਕਿਸੇ ਪੇਟੀ ਨਿਸਬਤ ਜੋੜਦਾ ਹੈ। ਇਹ ਤਸਵੀਰ ਵਿੱਚੋਂ ਦਾਣਾ ਡਿੱਗ ਪਵੇ ਤੇ ਲੋਕੀ ਪਹਿਲਾਂ ਥੱਲੇ ਲਤਾੜਦੇ ਨੇ, ਤੇ ਵਿੱਚ ਹੋਵੇ ਤੇ ਲੋਕੀ ਵਜ਼ੀਫੇ ਕਰਦੇ ਨੇ, ਉਹ ਕਿਸੇ ਤਸਵੀਰ ਚ ਲੱਗ ਜਾ, ਕਿਸੇ ਦਾਣੇ ਚ ਵੜ ਜਾ। ਮੈਨੂੰ ਪਿਸ਼ਾਬ ਆਇਆ ਤੇ ਅਸਲ ਦੀ ਨਮਾਜ਼ ਕਰਾ ਹੋ ਰਹੀ ਹੈ, ਵੁਜ਼ੂ ਮੇਰਾ ਹੈ ਤੇ ਮੈਂ ਨਮਾਜ਼ ਪੜ੍ਹਨਾ ਹੋ ਗਈ ਹੈ ਨਾ, ਹੋ ਗਈ ਹੈ ਤੇ ਜੇ ਇੱਕ ਕਤਰਾ ਨਿਕਲ ਜਾ ਤੇ ਹੁਣ ਨਹੀਂ ਹੋਈ। ਉਹ ਪਲੀਤਾ ਵਿੱਚ ਰਹੋ, ਜਿੰਨਾ ਚਿਰ ਵਿੱਚ ਹੋ ਜਾਂਦੀ ਹੈ ਉਹ ਬਾਹਰ ਨਿਕਲੋ। ਉਹ ਸੁਲਤਾਨੀਆਂ ਦੀਆਂ ਬੇਟੀਆਂ ਦੇ ਵਿੱਚ ਨਾ ਹੋਏ, ਹੈ ਪਲੀਤ ਵਿੱਚ ਰਹੇ। ਨਹੀਂ ਜਿਵੇਂ ਗੱਲ ਕਰਨਾ ਚਾਹੁੰਦਾ ਹਜ਼ੂਰ, ਇਹਦੀ ਕੀਮਤ ਚਾਹੀਦੀ ਹੈ ਔਰ ਇਹ ਮੈਂ ਧੱਕੇ ਨਾਲ ਪਿਆਰ ਕਰਦੀ ਹਾਂ, ਜੇ ਸੁਣੋਗੇ ਤੇ ਮੈਨੂੰ ਮਜ਼ਾ ਬੜਾ ਆਏਗਾ। ਮੈਂ ਜਾਂਦਾ ਜਾਂਦਾ ਮੈਂ ਪਾਣੀ ਪਿਆ ਹੋਇਆ ਇਹ ਗੱਲ ਸੁਣਾਉਣਾ ਚਾਹੁੰਦਾ। ਇੱਕ ਊਠ
ਛੋਟੀਆਂ ਕੰਨਾਂ ਹੁੰਦੀਆਂ ਸੀ, ਉੱਤੋਂ ਦੀ ਟੱਪ ਕੇ ਅੰਦਰ ਆਇਆ। ਉੱਤੇ ਦੋ ਸੰਦੂਕ ਲੱਗੇ, ਦੋ ਬੰਦੇ ਆਏ ਨੇ, ਉਹਨਾਂ ਸੰਦੂਕ ਲਾਏ ਨੇ, ਤੇ ਉਵੇਂ ਊਠ ਮੁੜ ਗਿਆ, ਫਿਰ ਦੂਜਾ ਊਠ ਆ ਗਿਆ। ਦੋ ਸੰਦੂਕ ਨੇ ਬੰਦਿਆਂ ਲਾਏ, ਉਹ ਮੁੜ ਗਿਆ। ਕਹਿੰਦਾ ਇਹ ਕੀ? ਉਹਨੇ ਇੱਕ ਸੰਦੂਕ ਖੋਲਿਆ ਤੇ ਵਿੱਚ ਇੱਕ ਮੁਰਦੇ ਦੀ ਲਾਸ਼ ਮੁੱਕ ਗਈ, ਤਕਰੀਬ ਆਖਰੀ ਫਿਕਰ ਹੈ। ਦੂਜਾ ਖੋਲਿਆ ਤੇ ਲਾਸ਼, ਤੀਜਾ ਖੋਲਿਆ ਤੇ ਲਾਸ਼। ਪਰੇਸ਼ਾਨ ਕਿਉਂ? ਉਹਨੇ ਕਿਹਾ ਦਾਦਾ ਇਹ ਮੁਰਦੇ ਕੌਣ ਨੇ? ਇਹ ਫਿਕਰਾ ਦਾ ਹੁਣ ਬੋਲਣਾ ਇਹਨੇ ਕੀ ਮੇਰੇ ਪਾਲਾ ਨੇ ਕਿਹਾ ਹਜ਼ਾਰ ਮੀਲ ਦੂਰ ਪਿਆਰ ਲੈ ਕੇ ਮਰ ਗਿਆ। ਆਜ ਦੇ ਮਨੁੱਖੀ ਆਜ ਮਦਦ ਨਾ ਮਾਨਸੀ, ਕੱਲ ਨਾ ਮਾਨੇਗੀ ਕਿਆਮਤ ਨੇ ਅਗਰ ਮਾਨ ਗਿਆ ਮੁਸ਼ਕਲ ਦਾ ਡੇਰਾ ਬਸਤਾ ਰਹੇ। ਕੋਈ ਸਵਾਲ ਹੈ ਜਾਂ ਹੋਰ ਅੱਗੇ ਚੱਲੇ? ਆਖਿਰ ਦਾਵਾਂਗਾ ਅਨਿਲ ਹਮਦੁਲਿਲਾ ਸ਼ਾਹ ਜੀ ਦਾ ਤਮਾਮ ਜੋ ਖੜੇ ਹੋ ਗਏ ਸਲਾਮ ਹੋ ਗਏ ਅੱਲਾਹ ਦੀ ਬਾਤ 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 ਸ਼ਰਦੀ ਹੈ ਗੁਨਾਹ।